ओट ब्रह्मंडा दे मालक सरकार एको लालम लोक परलोक दा सुख देण वाले गुरसिख दियां शुभ मनोकामना संपूर्ण करन वाले साहिब गुरु ग्रंथ साहिब महाराज जी पावन गोद विच सज बैठे पवित्र आत्मा गुरु खालसा साहिब संगत जीओ आओ सब तो पहला फतेह दे सिमर नाल जुड़िए ते गज के आखिए जी वाहिगुरु जी का खालसा वाहिगुरु जी की फतेह। आपां रोज गुरबाणी पढ़दे आं जिथे तू समर्थ जिथे कोई ना है तू उथे हाजिर हो जाना जिथे कोई भी नहीं छिड़ाउण वाला हुंदा। आप जी ने इस बंदना विच एक पंक्ति सरवण की हरणी की रक्षा करन वालिया ते बिरदा दे संकट हरन वालिया वो जिहड़ी हरणी सी ना हरणी बौड़िया तू गज झट जा पुकारिया ते मेहर कर मेहरां दे करन वालिया। हरणी जिहड़ी वो सुती पई सी ते कोई शिकारी शिकार खेडन गया जदों हरणी नूं सुतिया वेख्या ना ते शिकारी ने एक पासे अपना तीर कमान कायम कर लिया एक पासे शिकारी कुत्ता खिलारता एक पासे जाल लाता ते एक पासे जंगल नूं अग लाती। जदों हरनी दी अख खुली हरनी की वेंदी एक पासे शिकारी खलोता तीर लैके दूजे पासे उहदा शिकारी कुत्ता खलोता तीसरे पासे जाल लगा ते चौथे पासे जंगल नूं अग लगी हुई आ। फिर उन्हें हरनी ने एक मन ते एक चित हो के ओ कार पुरख दे गाड़ी अरदास कीती भी हे निरंकार जे उन्हां चौहां पासियां तों रख सकदा ते केवल ते केवल तू रख सकदा। सिखो फिर एहो जिहा भाणा वरत्या साखी गुरु ग्रंथ साहिब जी दर्ज है एहो जिहा भाणा वरत्या। सिखो जंगल दे विचों जरीला सप निकलिया उस शिकारी दे पैर ते उन्हें डंग मारिया ते जिहड़ा तीर सी ना ਉਹ ਕਮਾਨ ਚੋਂ ਨਿਕਲ ਗਿਆ ਉਹ ਕੁੱਤੇ ਦੇ ਜਾ ਵੱਜਾ ਕੁੱਤਾ ਵੀ ਮਰ ਗਿਆ। ਤੇ ਇੱਧਰ ਜਿਹੜਾ ਜੰਗਲ ਨੂੰ ਅੱਗ ਲੱਗੀ ਸੀ ਆਂਦੇ ਹਵਾ ਨੇ ਰੁੱਖ ਬਦਲਿਆ ਤੇ ਉਹਨੇ ਜਾਲ ਨੂੰ ਸਾੜ ਕੇ ਸੁੱਟ ਕੱਤਿਆ। ਉੱਧਰ ਪਰਮੇਸ਼ਰ ਇੰਦਰ ਦੇਵਤਾ ਖੁਸ਼ ਹੋਇਆ ਤੇ ਮੀਂਹ ਪਿਆ ਤੇ ਜੰਗਲ ਦੀ ਅੱਗ ਵੀ ਬੁੱਝ ਗਈ। ਸਿੱਖੋ ਜਦੋਂ ਕੋਈ ਸੱਚੇ ਮਨ ਨਾਲ ਯਾਦ ਕਰਦਾ ਨਾ ਫਿਰ ਪਰਮੇਸ਼ਰ ਵਾਹਿਗੁਰੂ ਉੱਥੇ ਹਾਜ਼ਰ ਹੋ ਜਾਂਦਾ। ਆਪਾਂ ਉਸ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹਾਂ ਆਓ ਮੈਂ ਤੁਹਾਡੇ ਸਾਹਮਣੇ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰਹਿਤਨਾਮੇ ਤੇ ਉਹਨਾਂ ਦੇ ਚੋਜ ਬਿਆਨ ਕਰਨ ਦਾ ਯਤਾ ਹੀ ਸੁਣਾ ਦਿਓ। ਸਿੱਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜ਼ਿੰਦਗੀ ਦਾ ਇੱਕ ਚੋਜ ਬਿਆਨ ਕਰਨਾ ਹੋਇਆ ਇੱਕ ਤੇ ਮਨੁੱਖ ਨੂੰ ਤੇ ਕਈਆਂ ਜ਼ਿੰਦਗੀਆਂ ਦੀ ਲੋੜ ਹੈ। ਮੈਨੂੰ ਜੈਪੁਰ ਜਾਣ ਦਾ ਸਮਾਂ ਮਿਲਿਆ ਤੇ ਰਾਜਸਥਾਨ ਵਿੱਚ ਸ਼ਹਿਰ ਪੈਂਦਾ ਉੱਥੇ ਇੱਕ ਦਾਦੂ ਪਖੀਰ ਆ ਬੜੀਆਂ ਉਹਦੀਆਂ ਕਬਰਾਂ ਬੜੀ ਲੋਕ ਉਹਦੀ ਮੰਨਤਾ ਕਰਦੇ ਆ ਬੜੇ ਕੰਮ ਦੀਆਂ ਉਹ ਗੱਲਾਂ ਵੀ ਕਰ ਗਿਆ। ਜਿਹੜੇ ਲੋਕ ਮੜੀਆਂ ਨੂੰ ਪੂਜਦੇ ਹਨ ਉਹਨਾਂ ਦੇ ਪ੍ਰਥਾਇਕ ਉਹਦਾ ਬੜਾ ਸੁੰਦਰ ਪ੍ਰਮਾਣ ਹੈ। ਉਹ ਆਂਦਾ ਦਾਦੂ ਦੁਨੀਆਂ ਬਾਬਰੀ ਆਂਦਾ ਬਹੁਤੀ ਦੁਨੀਆਂ ਤੇ ਕਮਲੀ ਆ ਦਾਦੂ ਦੁਨੀਆਂ ਬਾਬਰੀ ਓਏ ਮੜੀਆਂ ਪੂਜਣ ਊਤ ਉਹ ਜਿਹੜੇ ਆਪ ਗਏ ਜਾਨੋਂ ਔਂਤਰੇ ਉਹ ਕਿੱਥੋਂ ਦੇਣਗੇ ਪੂਤ। ਆਂਦਾ ਉਹ ਜਿਹੜੇ ਆਪ ਹੀ ਜਗ ਤੋਂ ਔਂਤਰੇ ਤੁਰ ਗਏ ਪੁੱਤ ਉਹਨਾਂ ਤੋਂ ਲੱਭਦੇ ਜੇ। ਗੁਰੂ ਗੋਬਿੰਦ ਸਿੰਘ ਮਹਾਰਾਜ ਘੋੜੇ ਤੇ ਸਵਾਰ ਸੀ ਉਹਨਾਂ ਇੱਕ ਤਰਕਸ਼ ਚੋਂ ਤੀਰ ਕੱਢਿਆ ਤੇ ਉਹਨੂੰ ਸਿਰ ਨਵਾਇਆ। ਦਇਆ ਸਿੰਘ ਨੇ ਘੋੜੇ ਦੀ ਵਾਗ ਫੜ ਲਈ ਮਹਾਰਾਜ ਸਾਨੂੰ ਕਬਰਾਂ ਪੂਜਣ ਤੋਂ ਵਰਜਦੇ ਜੇ ਆ ਮੱਥਾ ਟੇਕਦਾ ਜੇ। ਸਤਿਗੁਰੂ ਕਹਿਣ ਲੱਗੇ ਵੀ ਮੈਨੂੰ ਮੁਰਜਮ ਠਹਿਰਾ ਲਓ ਉਹ ਸਿੰਘੋ ਜੋ ਤੁਸੀਂ ਮੈਨੂੰ ਕਹੋਗੇ ਮੈਂ ਉਹ ਹੀ ਭਰ ਦੂੰਗਾ। ਮਹਾਰਾਜ ਨੇ ਆਪਣੇ ਖਾਲਸੇ ਨੂੰ ਪਿਆਰ ਵਿੱਚ ਇਹ ਵੀ ਗੱਲ ਆਖੀ ਹੈ ਕਿ ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ। ਹਕੀਕਤ ਤੇ ਨਹੀਂ ਪਰ ਉਹਨਾਂ ਨੇ ਪਿਆਰ ਆਪਣੇ ਖਾਲਸੇ ਨਾਲ ਇਤਨਾ ਜਤਾਇਆ ਕਿ ਜਿਹਦਾ ਕੋਈ ਹੱਥ ਬੰਨਾ ਰਹਿਣ ਹੀ ਨਹੀਂ ਦਿੱਤਾ। ਜਦੋਂ ਅਗਲੇ ਪੜਾਅ ਤੇ ਗਏ ਤੇ ਮਹਾਰਾਜ ਘੋੜੇ ਤੋਂ ਉਤਰੇ ਤੇ ਘਾਹ ਦੀ ਮਸਲ ਤੇ ਚੌਂਕੜਾ ਮਾਰ ਕੇ ਬਹਿ ਗਏ। ਦਇਆ ਸਿੰਘ ਨੇ ਫਤਿਹ ਬੁਲਾਈ ਤੇ ਉੱਚੀ ਉੱਚੀ ਰੋਣ ਲੱਗ ਪਿਆ। ਉਹ ਦਇਆ ਸਿੰਘ ਕੀ ਹੋਇਆ ਜੀ? ਆਂਦਾ ਸਤਿਗੁਰੂ ਜੀ ਭੁੱਲ ਹੋ ਗਈ। ਮਹਾਰਾਜ ਆਪ ਬਖਸ਼ੰਦ ਹੋ ਆਪ ਅਭੁੱਲ ਹੋ ਭੁੱਲ ਤੁਸੀਂ ਕਰ ਨਹੀਂ ਸਕਦੇ। ਮੈਨੂੰ ਇਉਂ ਲੱਗਦਾ ਵੀ ਜਦੋਂ ਤੁਸੀਂ ਦਾਦੂ ਦੀ ਕਬਰ ਨੂੰ ਸਿਰ ਚੁਕਾਇਆ ਸੀ ਨਾ ਉੱਥੇ ਗਲਤ ਅਸੀਂ ਸਾਂ ਆਪ ਨਹੀਂ ਸੋ। ਮਹਾਰਾਜ ਦੱਸੋ ਇਹ ਕੀ ਚੋਜ ਕੀਤਾ ਸੀ? ਸਤਿਗੁਰੂ ਕਹਿਣ ਲੱਗੇ ਦਇਆ ਸਿੰਘਾ ਰਹਿਣ ਦੇ ਇਸ ਗੱਲ ਨੂੰ ਇੱਥੇ ਟੱਕੀ ਰਹਿਣ ਦੇ। ਨਹੀਂ ਮਹਾਰਾਜ ਟੱਕੀ ਨਹੀਂ ਰਹਿਣ ਦੇਣੀ, ਦੱਸੋ ਵੀ ਇਹ ਕੀ ਕੌਤਕ ਵਰਤਾਇਆ ਸੀ? ਸਤਿਗੁਰੂ ਕਹਿਣ ਲੱਗੇ ਦਇਆ ਸਿੰਘਾ ਜਦੋਂ ਅਸੀਂ ਪਿਛਲੇ ਪੜਾਅ ਤੋਂ ਤੁਰੇ ਸਨ ਅਸੀਂ ਸ੍ਰੀ ਸੁਖਮਣੀ ਸਾਹਿਬ ਦਾ ਜਾਪ ਕਰ ਰਹੇ ਸਾਂ। ਸਾਨੂੰ ਨਹੀਂ ਪਤਾ ਰਸਤੇ 'ਚ ਕੋਈ ਮੜੀ ਆਈ ਕੋਈ ਮਜ਼ਾਰ ਆਈ ਕੋਈ ਕਬਰ ਆਈ ਆ। ਅਸੀਂ ਤੇ ਸੁਖਮਣੀ ਸਾਹਿਬ ਦਾ ਭੋਗ ਪਾ ਕੇ ਤੇ ਉਹ ਕਾਲ ਦੀ ਦਰਗਾਹ ਦੇ ਵਿੱਚ ਸਿਰ ਚੁਕਾਇਆ ਸੀ ਤੇ ਤੁਹਾਨੂੰ ਕਬਰਾਂ ਦਿਸ ਰਹੀਆਂ ਸੀ।
ਗੁਰੂ ਦੇ ਚੋਜਾਂ ਨੂੰ ਜਾਣਨਾ ਕੌਣ ਜਾਣ ਸਕਦਾ ਹੈ। ਇੱਕ ਵਾਰ ਮਹਾਰਾਜ ਸ਼ਿਕਾਰ ਖੇਡ ਕੇ ਆਏ ਤੇ ਪੰਡਿਤ ਕੇਸੋ ਦਾਸ ਨੇ ਆਖਿਆ ਮਹਾਰਾਜ ਦੇਵਤਿਆਂ ਨੂੰ ਪੂਜਣ ਦਾ ਵੇਲਾ ਤੇ ਆ ਸ਼ਿਕਾਰ ਮਾਰ ਕੇ ਲੈ ਜੇ। ਸਤਿਗੁਰ ਆਪਣੇ ਸਿੱਖਾਂ ਨੂੰ ਕਹਿਣ ਲੱਗੇ ਘੋੜਿਆਂ ਦੀਆਂ ਕਾਠੀਆਂ ਨਾਲੋਂ ਤੇ ਹਾਥੀਆਂ ਦੇ ਹੋਲਿਆਂ ਦੇ ਨਾਲੋਂ ਜਾਨਵਰਾਂ ਨੂੰ ਖੋਲ ਦਿਓ। ਸਿੱਖੋ ਜਦੋਂ ਖੋਲੇ ਉਹ ਸਾਰੇ ਦੇ ਸਾਰੇ ਜਿੰਦਾ ਹੋ ਗਏ। ਗੁਰੂ ਦੇ ਚੋਜਾਂ ਨੂੰ ਕੌਣ ਜਾਣ ਸਕਦਾ ਹੈ। ਇੱਕ ਵਾਰ ਸਤਿਗੁਰੂ ਜਾ ਰਹੇ ਸੀ, ਇੱਕ ਕਿੱਕਰ ਦੇ ਉੱਤੇ ਕਾਂ ਨੇ ਕੁਝ ਬੱਚੇ ਦਿੱਤੇ ਸੀ ਤੇ ਸਤਿਗੁਰੂ ਉਸ ਕਿੱਕਰ ਦੇ ਲਾਗੇ ਖਲੋ ਗਏ ਤੇ ਇੱਕ ਸਿੱਖ ਨੂੰ ਇਸ਼ਾਰਾ ਕੀਤਾ ਵੀ ਕਿੱਕਰ ਉੱਤੇ ਚੜ ਜਾ, ਜਿਹੜਾ ਕਾਂ ਦਾ ਬੱਚਾ ਪਹਿਲਾਂ ਮੂੰਹ ਵੱਡੇਗਾ ਉਹਦੀ ਧੌਣ ਮਰੋੜ ਦੀ। ਸਿੱਖ ਨੇ ਇਸ ਤਰ੍ਹਾਂ ਕੀਤਾ, ਕਿੱਕਰ ਤੇ ਚੜਿਆ, ਜਦੋਂ ਕਾਂ ਦੇ ਬੱਚੇ ਨੇ ਕਾਂ ਕਾਂ ਕਰਕੇ ਮੂੰਹ ਵੱਡਿਆ, ਸਿੱਖ ਨੇ ਉਹਦੀ ਧੌਣ ਮਰੋੜ ਕੱਤੀ। ਲਾਗੋ ਸਿੱਖਾਂ ਨੇ ਪੁੱਛਿਆ ਮਹਾਰਾਜ ਇਹ ਕੀ ਚੋਜ ਕੀਤਾ ਸੀ। ਸਤਿਗੁਰੂ ਕਹਿਣ ਲੱਗੇ ਸਿੰਘੋ ਇਹ ਸਾਡਾ ਲੰਗਰੀ ਸੀ ਤੇ ਲੰਗਰ ਵਿੱਚ ਰੌਲਾ ਬੜਾ ਪਾਇਆ ਕਰਦਾ ਸੀ, ਚੰਗੀਆਂ ਚੀਜ਼ਾਂ ਆਪ ਛਕ ਲਿਆ ਕਰਦਾ ਸੀ ਤੇ ਆਖਿਰ ਸਾਡਾ ਇਹ ਸੇਵਾਦਾਰ ਰਿਹਾ, ਇਹਦੀ ਮੁਕਤੀ ਤੇ ਸਾਨੂੰ ਕਰਨੀ ਪੈਣੀ ਹੈ ਨਾ। ਸਿੱਖੋ ਗੁਰੂ ਦੇ ਚੋਜਾਂ ਨੂੰ ਜਾਣਨਾ ਇਹ ਬੰਦੇ ਦੇ ਮਤ ਦੀ ਵਸ ਦੀ ਗੱਲ ਨਹੀਂ, ਗੁਰੂ ਦੀ ਗੱਲ ਨੂੰ ਗੁਰੂ ਦੀ ਮਤ ਦੇ ਨਾਲ ਹੀ ਜਾਣਿਆ ਜਾ ਸਕਦਾ ਹੈ। ਇਹ ਕਵੀ ਕਹਿੰਦਾ ਉਹ ਕਲਗੀਆਂ ਵਾਲਿਆ ਪਾਤਸ਼ਾਹ, ਉਹ ਜਿਹੜੀ ਮਿੱਟੀ ਨੂੰ ਵੇਖਿਆ ਤੂੰ ਅੱਖ ਭਰ ਕੇ, ਉਹ ਵੀ ਸੋਨਿਓ ਵੱਧ ਚਮਕਾ ਦਿੱਤੀ। ਓਏ ਜੇ ਤੂੰ ਵੇਖਿਆ ਕਿਸੇ ਤੇ ਮਿਹਰ ਕਰਕੇ ਤੇ ਉਹਦੀ ਭੁੱਖ ਦੀ ਔੜ ਹਟਾ।